ਗੁਰੂ ਚੇਤਨ ਸ੍ਰੀ ਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੈਂ ਜਾਣੀ ਕਰਮ ਵਸੇ ਮਨਾਏ। ਗੁਰਬਾਣੀ ਯਕੀਨਨ ਇਸ ਕਜੂ ਵੀ ਪਸਾਰੇ ਜਨਮ ਮਨਾਇਆ ਹੈ ਅਤੇ ਕਰਮਾਂ ਕਰਕੇ ਹਿਰਦੇ ਵਿੱਚ ਵਸਦੀ ਹੈ। ਇਸ ਲਈ ਸੂਝਵਾਨ ਆਖਦੇ ਨੇ, ਨਾਮ ਜਪਣਾ ਔਖਾ ਹੈ, ਨਾਮ ਦੀ ਸੰਭਾਲ ਉਸ ਤੋਂ ਵੀ ਔਖੀ ਹੈ। ਜਦੋਂ ਕਿਸੇ ਹਿਰਦੇ ਘਰ ਵਿੱਚ ਕੋਈ ਕਣੀ ਕੋਈ ਇਣਕਾ ਇਸ ਪਵਨ ਬਾਣੀ ਦਾ ਵਸ ਜਾਂਦਾ ਹੈ ਤਾਂ ਜੀਵਨ ਆਨੰਦ ਭਰਪੂਰ ਹੋ ਜਾਂਦਾ। ਉਸ ਮਾਲਕ ਦੇ ਆਸ਼ਚਰਜ ਪੁੱਤ ਹਨ ਅਤੇ ਉਸਨੂੰ ਵੇਖ ਵੇਖ ਕੇ ਇਸ ਮਾਲ ਵਿੱਚ ਆਇਆ ਜੀਵ ਵਾਹ ਵਾਹ ਕਰਦਾ ਹੈ। ਸਾਧ ਸੰਗਤ ਜੀ ਅਤੇ ਜਿਹੜੇ ਉਸ ਮਾਲਕ ਦੇ ਇਸ ਵਿਸਮਾਤ ਗੋਤਕਾਂ ਨੂੰ ਨਾ ਜਾਣਦੇ ਹੋਏ, ਉਸਦਾ ਅਹਿਸਾਸ ਨਾ ਕਰਦੇ ਹੋਏ ਜੀਵਨ ਵਿੱਚ ਇਸ ਤਰ੍ਹਾਂ ਤੋਖਲੇ ਵਿੱਚ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਹਰ ਵੇਲੇ ਹਾਏ ਤੋਖਾ ਹੈ। ਕਹਿੰਦੇ ਹਾਏ ਹਾਏ ਕਰਨ ਵਾਲਾ ਵਾਹ ਵਾਹ ਕਿਵੇਂ ਕਰ ਸਕਦਾ ਹੈ ਅਤੇ ਵਾਹ ਵਾਹ ਕਰਨ ਵਾਲਿਆਂ ਨੂੰ ਹਾਏ ਹਾਏ ਕਰਨ ਦੀ ਲੋੜ ਨਹੀਂ ਪੈਂਦੀ। ਉਸ ਮਾਲਕ ਦੇ ਆਸ਼ਚਰਜ ਪੋਤਕਾਂ ਨੂੰ ਵੇਖ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਆਸਕੀ ਪਾਵਨ ਬਾਣੀ ਦੀ ਆਪਾਂ ਵਿਚਾਰ ਵਿਆਖਿਆ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਉਸਦੇ ਆਸ਼ਚਰਜ ਪੋਤਕਾਂ ਨੂੰ ਵੇਖ ਕੇ ਅਨੇਕਾਂ ਪ੍ਰਮਾਣ ਦੇ ਉਦਾਹਰਣ ਦੇ ਕੇ ਗੁਰੂ ਪਾਤਸ਼ਾਹ ਉਸ ਮਾਲਕ ਦਾ ਜਿਵੇਂ ਸ਼ੁਕਰਾਨਾ ਵੀ ਕਰ ਰਹੇ ਨੇ ਅਤੇ ਉਸ ਮਾਲਕ ਦੇ ਇਸ ਵਿਸਮਾਤ ਪੋਤਕਾਂ ਨੂੰ ਅਨੁਭਵ ਕਰਨ ਦੀ ਸਾਰਿਆਂ ਨੂੰ ਵੀ ਜੁਗਤ ਵੀ ਦੱਸ ਰਹੇ। ਇਸ ਪਾਵਨ ਸ਼ਲੋਕ ਦੇ ਅੰਦਰ ਸ਼ਲੋਕ ਮਹੱਲਾ ਪਹਿਲਾ ਵਿਸਮਾਰ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਵੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਕਿਰੇ ਚੰਦ ਵਿਸਮਾਦ ਕੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਕਿਹਦੇ ਵਿਟਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਥ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਚੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੀ ਹਾਜ਼ਰਾ ਜੂਰ ਵੇਗ ਵਿਡਾਨ ਰਿਹਾ ਵਿਸਮਾਦ ਨਾਨਕ ਪੂਜਣ ਪੂਰੇ ਪਾ ਵੇਗ ਵਿਡਾਨ ਰਿਹਾ ਵਿਸਮਾਦ ਨਾਨਕ ਪੂਜਣ ਪੂਰੇ ਪਾ। ਇਸ ਸ਼ਲੋਕ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਮੁਕਾਬਲੇ ਤੋਂ ਵੀ ਜਾਇਰ ਕੀਤਾ ਗਿਆ ਹੈ। ਗੁਰੂ ਪਾਤਸ਼ਾਹ ਉਸਦੇ ਵਿਸਮੈਕਾਰੀ ਜੋ ਆਸ਼ਚਰਜ ਭਰੇ ਪੋਤਕ ਨੇ ਨਾ, ਕਈ ਵਾਰੀ ਆਪਾਂ ਦੁਨਿਆਵੀ ਕੁਝ ਚੀਜ਼ਾਂ ਨੂੰ ਵੇਖ ਕੇ ਵੀ ਅਸਤ ਅਸਤ ਵਾਹ ਵਾਹ ਕਰ ਉੱਠਦੇ ਹਾਂ, ਵਾਹ ਕਿਸ ਤਰ੍ਹਾਂ ਦੀ ਰਚਨਾ ਹੈ। ਅਤੇ ਸਾਸ ਨੇ ਉਸ ਕੁਦਰਤ ਦੀ ਤਾਂ ਸਾਰੀ ਰਚਨਾ ਹੀ ਵਿਸਮਾਨਕਾਰੀ ਹੈ, ਵਿਸਮੈਕਾਰੀ ਹੈ, ਹੈਰਾਨ ਕਰਨ ਵਾਲੀ ਹੈ, ਹੈਰਤ ਅੰਗੇਜ਼ ਜਿਸਨੂੰ ਆਪਾਂ ਆਖਦੇ ਹਾਂ, ਉਸਦੇ ਕਾਰਨਾਮੇ ਹੈਰਤ ਅੰਗੇਜ਼ ਨੇ। ਅਤੇ ਜਿਵੇਂ ਸਾਸਰੀ ਜੀ ਜਗਨਨਾਥਪੁਰੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਪੰਡਿਤਾਂ ਨੂੰ ਆਰਤੀ ਕਰਦੇ ਹੋਏ ਵੇਖਿਆ ਸੀ ਨਾ, ਥਾਲੀ ਦੇ ਵਿੱਚ ਛੋਟੇ ਛੋਟੇ ਦੀਵੇ ਜਗਾ ਕੇ, ਦੋ ਬੱਤੀ ਅਗਰਬੱਤੀਆਂ ਜਗਾ ਕੇ, ਉਸ ਵੇਲੇ ਗੁਰੂ ਪਾਤਸ਼ਾਹ ਉਸ ਵਿਸਮਾਨਕਾਰੀ ਬ੍ਰਹਮਾਂਡ ਦੇ ਮਾਲਕ ਨੂੰ ਦੀ ਆਰਤੀ ਨੂੰ ਇੱਕ ਵੱਖਰੇ ਹੀ ਢੰਗ ਦੇ ਨਾਲ ਕਰਨ ਦੀ ਜਿਹੜੀ ਆ ਉਹ ਜੋਗਤ ਦੱਸੀ ਸੀ। ਜੋ ਆਪਾਂ ਆਰਤੀ ਵਿੱਚ ਪੜ੍ਹਦੇ ਹਾਂ, ਗਗਨ ਮੈਂ ਥਾਲ ਰਹੁ ਜਾਂਦੀ ਬਗਨੇ ਤਾਰਕਾ ਮੰਡਲ ਜਨਕ ਬੋਧੀ, ਤਾਂ ਸਾਰੀ ਕੁਦਰਤ ਸਾਰੀ ਪ੍ਰਕਿਰਤੀ ਉਸ ਅਕਾਲ ਪੁਰਖ ਦੀ ਆਰਤੀ ਕਰ ਰਹੀ ਹੈ ਅਤੇ ਗੁਰੂ ਪਾਤਸ਼ਾਹ ਸਮਝਾਉਣਾ ਚਾਹ ਰਹੇ ਸਨ
ਉਸ ਬ੍ਰਹਮਾਂਡ ਦੇ ਮਾਲਕ ਦੀ ਆਰਤੀ ਨਿੱਕੇ ਨਿੱਕੇ ਦੀਵਿਆਂ ਨਾਲ ਇਹ ਛੋਟੇ ਜਿਹੇ ਥਾਲ ਵਿੱਚ ਨਿੱਕੇ ਨਿੱਕੇ ਦੀਵੇ ਬਾਲ ਕੇ ਕਿਵੇਂ ਹੋ ਸਕਦੀ ਹੈ। ਉਸ ਵਿੱਚ ਸ਼ਾਸਨ ਦੀ ਕੁਦਰਤ ਦੇ ਸਾਰੇ ਕ੍ਰਿਸ਼ਨ ਨੇ ਦੱਸੇ ਕਿ ਸਾਰੀ ਪ੍ਰਕਿਰਤੀ ਉਸ ਮਾਲਕ ਦੇ ਜੋ ਹੈ ਆਰਤੀ ਗਾਇਨ ਕਰ ਰਹੀ ਹੈ, ਉਸਦਾ ਜਸ ਕਰ ਰਹੀ ਹੈ। ਤਾਂ ਇਸੇ ਆਰਤੀ ਨੂੰ ਜੋ ਡਾਕਟਰ ਰਵਿੰਦਰ ਨਾਥ ਟੈਗੋਰ ਜੋ ਨੇ, ਗੁਰਦੇਵ ਰਵਿੰਦਰ ਨਾਥ ਟੈਗੋਰ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਇਸ ਨੂੰ ਪੂਰੀ ਦੁਨੀਆ ਦਾ, ਜਿਸ ਨੂੰ ਆਪਾਂ ਰਾਸ਼ਟਰਗਾਨ ਆਪਾਂ ਬੋਲਦੇ ਹਾਂ ਨਾ ਜਨਗਨ ਮਨ, ਅਤੇ ਉਸਨੂੰ ਜਦੋਂ ਕਿਸੇ ਨੇ ਉਹਨਾਂ ਨੂੰ ਜਿਸ ਕੋਈ ਕਿਸੇ ਨੇ ਪੁੱਛਿਆ ਸੀ ਤਾਂ ਕਿਹਾ ਸੀ ਕਿ ਵੀ ਤੁਸੀਂ ਰਾਸ਼ਟਰਗਾਨ ਤਾਂ ਉਚਾਰਨ ਕੀਤਾ, ਵਿਸ਼ਵ ਗਾਨ ਤਿਆਰ ਕਰਨਾ ਹੁੰਦਾ, ਵਿਸ਼ਵ ਤਰਾਨਾ ਜਿਸਨੂੰ ਆਪਾਂ ਆਖ ਸਕਦੇ ਹਾਂ ਉਹ ਹੁੰਦਾ, ਤਾਂ ਤੁਸੀਂ ਉਹ ਕਦੋਂ ਤਿਆਰ ਕਰੋਗੇ, ਕਦੋਂ ਗਾਓਗੇ? ਤਾਂ ਉਹਨਾਂ ਨੇ ਕਿਹਾ ਸੀ ਉੱਥੇ ਪਹਿਲੇ ਗਾਇਆ ਜਾ ਚੁੱਕਿਆ ਹੈ। ਅਤੇ ਉਸ ਨੂੰ ਇਹ ਉਦਾਹਰਣ ਦੇ ਕੇ ਉਸਨੇ ਸਪਸ਼ਟ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੋ ਆਰਤੀ ਕਹਿ ਗਏ ਨੇ, ਗਾ ਗਏ ਨੇ, ਉਹ ਵਿਸ਼ਵ ਤਰਾਨਾ ਹੈ। ਇਸ ਤੋਂ ਵੱਡਾ ਹੋਰ ਕੋਈ ਵਿਸ਼ਵ ਤਰਾਨਾ ਨਹੀਂ ਹੋ ਸਕਦਾ, ਸਾਰੇ ਸੰਸਾਰ ਦਾ ਗੀਤ ਹੈ ਨਾ। ਇਹ ਤਾਂ ਆਪਣੇ ਆਪਣੇ ਮੁਲਕਾਂ ਦਾ ਹੈ ਨਾ, ਆਪਣੇ ਆਪਣੇ ਦੇਸ਼ਾਂ ਦਾ ਹੈ, ਅਤੇ ਸਾਹਿਬ ਜੀ ਉਹ ਸਾਰੇ ਮੁਲਕਾਂ ਦਾ, ਸਾਰੀ ਦੁਨੀਆ ਦਾ ਉਹ ਤਰਾਨਾ ਹੈ, ਵਿਸ਼ਵ ਤਰਾਨਾ ਉਸਨੂੰ ਕਿਹਾ, ਉਹ ਹੈ ਗਗਨ ਮਹਿਤਾ ਕਰ ਜਾਂਦੀ। ਇਸ ਉਸ ਵਿੱਚ ਵੀ ਤਾਂ ਵੀ ਸਮਾਜ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਵੀ ਨਿੱਕੇ ਨਿੱਕੇ ਦੀਵਿਆਂ ਨਾਲ ਕਿਵੇਂ ਸੂਰਜ ਅਤੇ ਚੰਨ ਜਿਹੜੇ ਨੇ ਉਹ ਉਸ ਵਿੱਚ ਦੀਵੇ ਹੋਣ, ਸਾਰੇ ਜਿਹੜੇ ਸਿਤਾਰੇ ਨੇ ਸਾਰੇ ਉਹ ਮੋਤੀ ਦੀ ਤਰ੍ਹਾਂ ਹੋਣ, ਸਾਰੀ ਜਿਹੜੀ ਸਾਰੀ ਪਵਨ ਵਹਿ ਰਹੀ ਹੈ ਉਹ ਜਿਵੇਂ ਬੱਲੇ ਪਵਨ ਆਉਂਦੀ ਹੈ, ਉਹ ਸਾਰੀ ਸਮਝ ਲਓ ਸੁਗੰਧੀ ਜਗਾਉਣ ਦੇ ਲਈ ਹੈ ਅਗਰਬੱਤੀਆਂ ਨੇ। ਅਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਸਾਰਿਆਂ ਦੇ ਵਿੱਚ ਰੁਣਕ ਰਹੀ ਜਿਹੜੀ ਇੱਕ ਧੜਕਣ ਹੈ ਉਹ ਸਾਸਨੀ ਨਗਾੜੇ ਵੱਜ ਰਹੇ, ਮਤਲਬ ਨਗਾੜੇ ਵੱਜ ਰਹੇ ਨੇ ਉਸ ਮਾਲਕ ਦੀ ਆਰਤੀ ਕਰਨ ਦੇ ਲਈ। ਜਿਵੇਂ ਆਪਾਂ ਮੰਦਰਾਂ ਵਿੱਚ ਵਜਾਉਂਦੇ ਨੇ ਟੱਲੀਆਂ ਵਜਾ ਕੇ, ਕੰਟੀਆਂ ਵਜਾ ਕੇ, ਕੋਈ ਕਿਸੇ ਜਗ੍ਹਾ 'ਤੇ ਹੋਰ ਕੁਛ ਵਜਾ ਕੇ ਵਾਦ ਯੰਤਰ ਵਜਾਏ ਜਾਂਦੇ ਨੇ, ਅਤੇ ਕਿਵੇਂ ਸਾਰੇ ਜਿਹੜੇ ਸਵਾਸ ਜਿਹੜੀ ਸਾਰੀਆਂ ਧੜਕਣਾਂ ਚੱਲ ਰਹੀਆਂ ਨੇ ਸਾਡੇ, ਆਪਾਂ ਸੁੱਤੇ ਹੁੰਦੇ ਹਾਂ ਤਾਂ ਵੀ ਧੜਕਣ ਚੱਲ ਰਹੀ ਹੁੰਦੀ, ਧੜਕਣ ਰੁਕ ਗਈ ਅਤੇ ਬੰਦਾ ਮੁੱਕ ਗਿਆ। ਤਾਂ ਸਾਸਨ ਦੇ ਜੋ ਕਹਿੰਦੇ ਨੇ ਉਹ ਸਾਰੀਆਂ ਧੜਕਣਾਂ ਕਿਉਂ ਨਹੀਂ ਜਿਵੇਂ ਰੱਬ ਜੀ ਦੇ ਉਸਦੀ ਆਰਤੀ ਦੇ ਵਿੱਚ ਜੋ ਨਗਾੜੇ ਵੱਜ ਰਹੇ ਹੋਣ। ਤਾਂ ਬੜਾ ਪਿਆਰਾ ਉਹਨਾਂ ਨੇ ਉਸਨੂੰ ਪ੍ਰਤੀਕ ਰੂਪ ਵਿੱਚ ਸਮਝਾਉਣਾ ਕੀਤਾ ਹੈ। ਇੱਥੇ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਨਾਨਕ ਸਮਝਾ ਰਹੇ ਨੇ ਵਿਸਮਾਦ ਨਾਗ ਵਿਸਮਾਦ ਵੇਦ, ਵਿਸਮਾਦ ਯਾਨੀ ਆਸ਼ਚਰਜ ਕਰਨ ਵਾਲਾ, ਹੈਰਾਨੀ ਵਾਲਾ। ਕੀ ਹੈ ਹੈਰਾਨੀ ਵਾਲਾ? ਉਸਦੇ ਨਾਲ ਜੋ ਆਵਾਜ਼ ਹੈ ਸਾਰੀ ਸਾਰੇ ਜਗਤ ਵਿੱਚ ਜਿਤਨੀਆਂ ਵੀ ਆਵਾਜ਼ਾਂ ਨੇ ਉਹ ਸਾਰਾ ਉਹ ਵਿਸਮਾਦ ਕਰਨ ਵਾਲੀ, ਹੈਰਾਨ ਕਰਨ ਵਾਲੀਆਂ ਨੇ। ਵੇਦ ਸ਼ਾਸਤਰ ਜਿਹੜੇ ਨੇ ਉਹ ਵੀ ਵਿਸਮਾਦ, ਉਸ ਮਾਲਕ ਦੇ ਵਿਸਮਾਦ ਵਿੱਚ ਆ ਕੇ ਤੇ ਰਚਨਾ ਹੋਈ ਹੋਵੇਗੀ ਨਾ। ਅਤੇ ਸਾਹਿਬ ਜੀ ਜਦੋਂ ਅੰਦਰ ਅਨੁਭੂਤੀ ਹੁੰਦੀ ਹੈ ਨਾ ਕਿਸੇ ਨੂੰ, ਅਤੇ ਇੱਕ ਕਵੀ ਨੇ ਲਿਖਿਆ ਵਿਯੋਗੀ ਹੋਊਗਾ ਪਹਿਲਾ ਕਵੀ, ਆਸੇ ਉਪਜਾ ਹੋਊਗਾ ਗਾਣ। ਕਹਿੰਦੇ ਜਦੋਂ ਨਿਕਲੇ ਵਾਹ, ਅਤੇ ਕਦੇ ਉਸ ਮਾਲਕ ਦੀ ਉਸ ਖੇਡਾਂ ਨੂੰ ਵੇਖ ਕੇ, ਅਰਚਤ ਕੁਰਤਕਾਂ ਨੂੰ ਵੇਖ ਕੇ ਕਿਸੇ ਨੇ ਆਹ ਕੀਤਾ ਹੋਵੇਗਾ ਜਾਂ ਵਾਹ ਕੀਤਾ ਹੋਵੇਗਾ, ਤਾਂ ਉਹ ਉਸਦੇ ਅੰਦਰੋਂ ਇੱਕ ਕੋਈ ਸ਼ਬਦਾਵਲੀ ਨਿਕਲੀ ਹੋਵੇਗੀ, ਉਹ ਗੀਤ ਬਣ ਗਿਆ ਹੋਵੇਗਾ, ਤਰਾਨਾ ਬਣ ਗਿਆ ਹੋਵੇਗਾ। ਅਤੇ ਸਾਹਿਬ ਜਦੋਂ ਅਧਿਆਤਮਿਕ ਤਰਾਨੇ ਗਾਏ ਜਾਂਦੇ ਨੇ, ਜਦੋਂ ਗੁਰੂ ਨਾਨਕ ਪਾਤਸ਼ਾਹ ਵਰਗੇ ਗੀਤ ਗਾਉਂਦੇ ਨੇ, ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਆਖਦੇ ਨੇ, ਭਾਈ ਮਰਦਾਨਾ ਜੀ ਰਬਾਬ ਛੇੜੋ ਬਾਣੀ ਆਈ ਹੈ, ਬਾਣੀ ਆਈ ਹੈ ਕਿੱਥੋਂ ਆਈ ਹੈ, ਤੁਰ ਦਰਗਾਹ ਤੋਂ ਆਈ ਹੈ। ਕਦੇ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਕਿਹਾ, ਆਪਾਂ ਤਾਂ ਕਹਿੰਦੇ ਨਾ ਵੀ ਚਲੋ ਤੁਸੀਂ ਇਹ ਵਜਾਓ ਸਾਜ ਅਤੇ ਆਪਾਂ ਕੀਰਤਨ ਸ਼ੁਰੂ ਕਰਨ ਲੱਗੇ ਹਾਂ,
ਅਸੀਂ ਇਹ ਗੀਤ ਗਾਉਣ ਲੱਗੇ ਹਾਂ ਜਾਂ ਇਹ ਕਵਿਤਾ ਕਹਿਣ ਲੱਗੇ ਹਾਂ, ਕਦੇ ਇਸ ਤਰ੍ਹਾਂ ਕਹਾਂਗੇ ਨਾ ਕੀਰਤਨ ਕਰਨ ਲੱਗੇ ਹਾਂ, ਪਰ ਸਤਿ ਜੀ ਗੁਰੂ ਨਾਨਕ ਪਾਤਸ਼ਾਹ ਨੇ ਹਮੇਸ਼ਾ ਉਹਨਾਂ ਦੀ ਸ਼ਬਦਾਵਲੀ ਤੁਸੀਂ ਵੇਖੋਗੇ, ਜਿੱਥੇ ਵੀ ਤੁਸੀਂ ਪੜ੍ਹੋਗੇ ਉਹਨਾਂ ਦੀਆਂ ਜਨਮ ਸਾਖੀਆਂ, ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ ਹੈ, ਭਾਈ ਮਰਦਾਨਾ ਜੀ ਰਬਾਬ ਛੇੜੋ ਬਾਣੀ ਆਈ ਹੈ। ਬਾਣੀ ਕਿੱਥੋਂ ਆਈ ਹੈ? ਤੁਰ ਕਰਤਾ ਤੋਂ ਆਈ ਹੈ। ਇਸ ਲਈ ਕਿਹਾ ਹੈ ਤੁਰ ਕੀ ਬਾਣੀ ਆਈ ਤੇ ਸਗਲੀ ਜਿੱਤ ਵਡਾਈ। ਉਹ ਇਲਾਹੀ ਬਾਣੀ ਹੈ, ਤੁਰ ਤੋਂ ਆਈ ਹੋਈ ਹੈ, ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਈ ਹੋਈ ਹੈ। ਇਸ ਲਈ ਸਾਸ ਜੀ ਉਹ ਤੁਰ ਕੀ ਬਾਣੀ ਹੈ, ਸਾਰੀਆਂ ਚਿੰਤਾਵਾਂ ਤੋਂ ਮੁਕਤ ਕਰਨ ਵਾਲੀ ਹੈ। ਤੇ ਸਾਸ ਜੀ ਇਸ ਸਮਾਜ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਤਰ੍ਹਾਂ ਦੇ ਰਚੇ ਨੇ ਤੇ ਭਾਈ ਮਰਦਾਨਾ ਜੀ ਨੂੰ ਕਦੇ ਨਹੀਂ ਕਿਹਾ ਰਬਾਬ ਵਜਾਓ, ਉਹ ਕਹਿੰਦੇ ਸਨ ਰਬਾਬ ਛੇੜੋ। ਛੇੜਨ ਵਿੱਚ ਤੇ ਵਜਾਉਣ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਕਹਿਣ ਵਿੱਚ, ਬੋਲਣ ਵਿੱਚ ਤੇ ਆਉਣ ਵਿੱਚ, ਉਸ ਦਰਗਾਹ ਤੋਂ ਆਉਣ ਵਿੱਚ, ਉਸ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਜੋ ਆਪਾਂ ਕਹਿੰਦੇ ਹਾਂ ਉਹ ਕੱਚੀ ਬਾਣੀ ਦੇ ਰੂਪ ਵਿੱਚ ਹੈ, ਪਰ ਉਹ ਪੱਕੀ ਬਾਣੀ ਹੈ, ਇਸ ਲਈ ਕਿਉਂਕਿ ਉਹ ਦਰਗਾਹ ਤੋਂ ਆਈ ਹੈ ਤੇ ਸਾਰੀਆਂ ਚਿੰਤਾਵਾਂ ਤੋਂ ਮੁਕਤ ਕਰਨ ਵਾਲੀ ਹੈ। ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਵਿਸਮਾਨ ਨਾਲ, ਵਿਸਮਾਨ ਵੇਦ, ਵਿਸਮਾਨ ਜੀਵ, ਵਿਸਮਾਨ ਵੇਦ, ਇਹ ਸਾਰੇ ਜੀਆਂ ਜੰਤ ਜੋ ਉਸਦੀ ਜੋ ਰਚਨਾ ਹੈ, ਉਤਪੱਤੀ ਹੈ, ਇਹ ਸਾਰੀ ਵਿਸਮੇਕਾਰੀ ਹੈ, ਹੈਰਾਨ ਕਰਨ ਵਾਲੀ ਹੈ। ਕਿਵੇਂ ਆਪਾਂ ਵੇਖਦੇ ਹਾਂ ਸਾਨੂੰ, ਸਾਡੀ ਦ੍ਰਿਸ਼ਟੀ ਵਿੱਚ ਤਾਂ ਕਿੰਨਾ ਕੁਛ ਆਉਂਦਾ ਹੋਵੇਗਾ, ਕਿਤਨੀ ਇੱਕ ਸੀਮਾ ਵਿੱਚ ਆਉਂਦਾ ਹੋਵੇਗਾ, ਕਿਤਨਾ ਲਿਮਿਟ ਵਿੱਚ ਆਉਂਦਾ ਹੋਵੇਗਾ, ਤੇ ਉਸਦੀ ਰਚਨਾ ਤਾਂ ਅਨੰਤ ਦੇ ਬੇਅੰਤ ਹੈ। ਉਹ ਅਨੰਤ, ਉਸਦੀ ਰਚਨਾ ਵੀ ਅਨੰਤ, ਉਸਦੇ ਕੋਤਕ ਵੀ ਅਨੰਤ, ਤੇ ਇਸ ਲਈ ਸੱਸ ਵੀ ਗੁਰੂ ਪਾਤਸ਼ਾਹ ਕਹਿੰਦੇ ਨੇ ਵਿਸਮਾਦ ਜੀ ਵਿਸਮਾਦ ਭੇਦ, ਉਹਨਾਂ ਦੇ ਭੇਦ ਜਿਹੜੇ ਨੇ ਵੱਖ ਵੱਖ। ਹੁਣ ਸੱਸ ਵੀ ਇਤਨੀ ਰਚਨਾ ਕੀਤੀ ਆ ਮਾਲਕ ਨੇ, ਹੁਣ ਸਾਰੇ ਭੈਣ ਭਰਾ ਨੇ ਨਾ ਜਿਹੜੇ ਇੱਕ ਘਰ ਵਿੱਚ, ਪਹਿਲੇ ਤੇ ਅੱਜ ਤੇ ਜਦ ਇੱਕ ਦੋ ਬੱਚੇ ਹੁੰਦੇ, ਪਹਿਲੇ 5, 6, 7, 8 ਇਸ ਤਰ੍ਹਾਂ, ਤਾਂ ਉਹਨਾਂ ਸਾਰਿਆਂ ਦੀ, ਸਭ ਦੇ ਸੁਭਾਅ ਵੱਖਰੇ, ਸਭ ਦੀ ਸ਼ਕਲ ਵੀ ਵੱਖਰੀ, ਤੇ ਕੁਦਰਤ ਵਾਲੇ ਨੇ। ਹੁਣ ਹੋਰ ਸਾਰੀ ਚੀਜ਼ਾਂ ਨੂੰ ਛੱਡ ਦਿਓ, ਇਤਨੀ ਦੁਨੀਆ, ਇਤਨੀ ਖਲਕਤ ਬਣਾਈ ਹੈ ਉਸ ਮਾਲਕ ਨੇ, ਤੇ ਸਾਰਿਆਂ ਦੇ ਫਿੰਗਰ ਪ੍ਰਿੰਟ ਵੱਖਰੇ ਵੱਖਰੇ, ਇੱਕ ਦਾ ਫਿੰਗਰ ਪ੍ਰਿੰਟ ਜਿਹੜਾ ਹੈ ਦੂਜੇ ਦੇ ਨਾਲ ਨਹੀਂ ਮਿਲਦਾ, ਇਸ ਤੋਂ ਵੱਡਾ ਹੋਰ ਕੀ ਵਿਸਮਾਦ ਹੋਵੇਗਾ? ਕਿੰਨੀ ਹੈਰਾਨੀ ਦੀ ਗੱਲ ਹੈ ਨਾ, ਕਿਤਨੀ ਰਚਨਾ ਸਾਰੇ ਨੂੰ ਵੇਖਣ ਲਈ ਤਾਂ ਸਾਡੀਆਂ ਉਂਗਲਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਨਾ, ਪਰ ਕਿਸੇ ਦੀ ਵੀ ਉਂਗਲ ਦਾ ਉਹ ਪ੍ਰਿੰਟ ਜਿਹੜਾ ਹੈ, ਜੋ ਫਿੰਗਰ ਪ੍ਰਿੰਟ ਹੈ, ਉਹ ਦੂਜੇ ਨਾਲ ਮੈਚ ਨਹੀਂ ਕਰਦਾ। ਕਿੰਨੀ ਹੈਰਾਨੀ ਗੱਲ ਹੈ ਨਾ, ਕੁਦਰਤ ਵਾਲੇ ਨੇ ਕੈਸੀ ਰਚਨਾ ਰਚੀ ਹੈ, ਕੈਸੀ ਕਾਰਤ ਕਰੀ ਹੈ, ਕਿ ਗੁਰੂ ਪਾਤਸ਼ਾਹ ਉਹ ਸਾਰੇ ਕੋਤਕਾਂ ਨੂੰ ਵੇਖ ਕੇ ਹੈਰਾਨ ਹੋ ਰਹੇ, ਇਸ ਮਾਲ ਵਿੱਚ ਆ ਰਹੇ ਨੇ, ਤੇ ਉਸਨੂੰ ਦੱਸ ਰਹੇ ਨੇ ਕਿ ਸਾਰੀ ਖਲਕਤ ਨੂੰ ਕਿ ਉਹ ਸਾਰੀ ਰਚਨਾ ਉਸ ਮਾਲਕ ਦੀ ਵਿਸਮੈਕਾਰੀ ਹੈ, ਹੈਰਾਨ ਕਰਨ ਵਾਲੀ ਹੈ, ਹੈਰਤ ਅੰਗੇਜ਼ ਹੈ। ਵਿਸਮਾਦ ਜੀ ਵਿਸਮਾਦ ਖੇਡ, ਵਿਸਮਾਦ ਰੂਪ, ਵਿਸਮਾਦ ਰੰਗ, ਉਸਦਾ ਸਾਰੀ ਜਿਹੜੀ ਰਚਨਾ ਦਾ ਰੂਪ ਹੈ, ਰੰਗ ਹੈ, ਬੇਸ਼ੱਕ ਉਹ ਮਾਲਕ ਸਾਰੇ ਰੂਪਾਂ ਸਾਰੇ ਰੰਗਾਂ ਤੋਂ ਬਿਲਕੁਲ ਵੱਖਰਾ ਹੈ, ਨਿਆਰਾ ਹੈ, ਪਰ ਉਹ ਸਾਰਿਆਂ ਦੇ ਵਿੱਚ ਹੈ, ਇਸ ਲਈ ਸਾਰੇ ਰੂਪ, ਸਾਰੇ ਰੰਗ, ਸਾਰੇ ਆਕਾਰ ਉਸ ਮਾਲਕ ਦੇ ਹੀ, ਜਿਹੜਾ ਉਸਦਾ ਨਿਰਗੁਣ ਦਾ ਸਰਗੁਣ ਵਸਾਰਾ ਹੈ, ਉਹ ਸਾਰਿਆਂ ਦੇ ਵਿੱਚ ਆਪ ਸਮਾਇਆ ਹੋਇਆ ਹੈ, ਇਸ ਲਈ ਉਸਦੇ ਸਾਰੇ ਰੰਗ, ਰੂਪ, ਆਕਾਰ ਸਾਰੇ ਉਸਦੇ ਬਣਾਏ ਹੋਏ ਨੇ, ਉਸਦੇ ਵਿੱਚ ਉਹ ਆਪ ਵਿਦਮਾਨ ਹੈ, ਸਾਰੀ ਪ੍ਰਕਿਰਤੀ ਵਿੱਚ, ਸਾਰੇ ਜਲ ਵਿੱਚ, ਸਾਰੇ ਕਣ ਵਿੱਚ ਉਹ ਵਿਦਮਾਨ ਹੈ, ਇਸ ਲਈ ਉਸਦੇ ਸਾਰੇ ਰੂਪ ਰੇਖ ਉਸੇ ਦੇ ਨੇ, ਪਰ ਵੈਸੇ ਨਾ ਰੰਗ, ਨਾ ਰੂਪ, ਨਾ ਰੇਖ ਵਿੱਚ ਤ੍ਰੈ ਗੁਣ ਦੇ ਪ੍ਰਭੂ ਨੇ। ਗੁਰਬਾਣੀ ਇਹ ਵੀ ਆਖਦੀ ਹੈ ਇਹਨਾਂ ਸਾਰਿਆਂ ਤੋਂ ਵੱਖਰਾ ਵੀ ਹੈ, ਪਰ ਸਾਰਿਆਂ ਦੇ ਵਿੱਚ ਹੈ, ਜਿਵੇਂ ਆਪਾਂ ਪੜ੍ਹਿਆ ਹੈ ਇਹ ਸੱਚੇ ਕੀ ਹੈ, ਕੋਟੜੇ ਸੱਚੇ ਦਾ ਵਿਸ਼ਵਾਸ ਸਾਰਿਆਂ ਵਿੱਚ ਵਸਿਆ ਹੋਇਆ ਹੈ, ਇਸ ਲਈ ਵਿਸਮੈਕਾਰੀ ਤੇ ਕੋਤਕ ਨੇ ਉਸ ਮਾਲਕ ਦੇ, ਰਚੀ ਹੋਈ ਖੇਡ ਵੀ ਉਸ ਦੀ ਹੈ, ਖੇਡ ਨੂੰ ਬਣਾਉਣ ਵਾਲਾ ਵੀ ਉਹ ਹੈ, ਖੇਡ ਨੂੰ ਸਮੇਟਣ ਵਾਲਾ ਵੀ ਉਹ ਹੈ, ਖੇਡ ਦੇ ਵਿੱਚ ਹੋਰ ਤਮਾਸ਼ੇ ਕਰਨ ਵਾਲਾ ਵੀ ਉਹ ਹੈ।
ਪਤਾ ਨਹੀਂ ਕਦੋਂ ਉਹ ਕੁਦਰਤ ਵਾਲਾ ਕਿਸ ਤਰ੍ਹਾਂ ਦੇ ਰੰਗ ਜੋ ਹੈ ਉਹ ਰੰਗ ਭਰ ਦੇਵੇ ਤੇ ਸੱਸ ਜੀ ਕਦੋਂ ਉਹਨਾਂ ਰੰਗਾਂ ਨੂੰ ਫਿਰ ਸਮੇਟ ਲਵੇ ਤੇ ਵਾਹਿਗੁਰੂ ਕਰੇ ਕਿਰਪਾ ਤਰਸ ਫਿਰ ਆਪਾਂ ਵਿਚਾਰ ਕਰਾਂਗੇ ਤੇ ਉਸ ਵਿਸਮੈਕਾਰੀ ਰਚਨਾ ਨੂੰ ਉਸ ਮਾਲਕ ਦੀ ਰਚਨਾ ਨੂੰ ਤੇ ਮਾਲਕ ਦੀ ਰਚਨਾ ਨੂੰ ਗੁਰਨਾਨਕ ਪਾਤਸ਼ਾਹ ਨੇ ਕਿਵੇਂ ਬਿਆਨ ਕੀਤਾ ਹੈ ਇਹ ਵੀ ਕੋਈ ਕਿਸਮੈ ਤੋਂ ਘੱਟ ਨਹੀਂ ਹੈ ਵਾਹਿਗੁਰੂ ਤਰਸ ਕਰਕੇ ਕੋਈ ਕਣੀ ਕੋਈ ਪਿਆਰ ਦਾ ਖਿੜਕਾ ਸਾਡੇ ਲਈ ਹਿਰਦੇ ਘਰਾਂ ਵਿੱਚ ਵਸਾ ਦੇਵੇ ਜਿਸ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਖੀ ਨੇ ਨਾਨਕ ਪ੍ਰਭ ਆਪਣੇ ਮੇਰੇ ਦੀ ਅਵਸਥਾ ਬਣ ਸਕੇ ਫੁੱਲਾਂ ਚੁੱਪਾਂ ਦੀ ਖਿਮਾ ਬਖਸ਼ਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।